हाँ जी दोस्तों, नवी वीडियो दे विच स्वागत करते हैं जी। तो थोनू आपां दिखाउणे जी एक नवी चीज। भाई जी उन्होंने पुछदे नाम, भाई जी की नाम है वर्कशाप का अपनी का? वर्कशाप का राजड़ कंबाइन, राजड़ एग्रीकल्चर वर्कर्स मुल्लापुर दाखा भाई। ठीक है जी, लुधियाना जिला जी। लुधियाना जिला। ਇਹ ਜਿਹੜੇ ਟਾਇਰ ਹੈ ਜੀ, ਤੁਸੀਂ ਸਾਰੇ ਟਰੈਕਟਰਾਂ ਦੇ ਲਾ ਕੇ ਦਿੰਦੇ ਹੋ? ਹਾਂ ਜੀ, ਸਾਰਿਆਂ ਦੇ ਅੱਡੋ ਅੱਡੀ ਸਾਈਜ਼ ਆਉਂਦੇ ਆ ਜੀ। ਅੱਡੋ ਅੱਡੀ ਸਾਈਜ਼ ਆਉਂਦਾ ਹੈ। ਕਿਸ ਤੇ ਕੋਈ ਟਰੈਕਟਰ ਵਾਸਤੇ ਛੋਟੇ ਆ ਜੀ, ਵੱਡੇ ਵਾਸਤੇ ਵੱਡੇ ਆ। ਹਾਂ ਜੀ ਹਾਂ ਜੀ। ਤੇ ਇਹ ਤੁਸੀਂ ਦੇਖ ਸਕਦੇ ਹੋ ਜੀ, ਸਪਰੇ ਕਰਨ ਲਈ ਹੋਰ ਮੰਨ ਲਓ ਝੋਨੇ ਦੇ ਵਿੱਚ ਟਰੈਕਟਰ ਵਾੜਨਾ ਹੈ, ਰੇਹ ਖਲਿਆਰਨੀ ਹੈ, ਹੋਰ ਜਿਹੜੇ ਇਹੋ ਜਿਹੇ ਕੰਮ ਹੈ ਜਿਹਦੇ ਵਿੱਚ ਮੰਨ ਲਓ ਵੀ ਟਰੈਕਟਰ ਫਸਲ ਦੇ ਵਿੱਚ ਵਾੜ ਕੇ ਨੁਕਸਾਨ ਨਾ ਕਰੇ। ਤੇ ਜਮਾਂ ਪਤਲੇ ਪਤਲੇ ਟਾਇਰ ਹੈ ਜੀ, ਇਹ ਤੁਸੀਂ ਦੇਖ ਸਕਦੇ ਹੋ, ਬਿਲਕੁਲ ਪਤਲੇ। ਤੇ ਇਹ ਹੱਬਾਂ ਇਸ ਤਰ੍ਹਾਂ ਲਾ ਕੇ, ਇਹ ਜੌਂ ਡੀਅਰ 53 ਦਾ ਟਰੈਕਟਰ ਹੈ, ਇਹਨਾਂ ਨੇ ਤਿਆਰ ਕੀਤਾ ਹੈ ਜੀ। ਤੇ ਇਹ ਵੀ ਤੁਹਾਨੂੰ ਮੈਂ ਦਿਖਾ ਦਿੰਦਾ, ਇੱਧਰੋਂ ਤੁਸੀਂ ਦੇਖ ਸਕਦੇ ਹੋ ਇਹ ਇਸ ਤਰ੍ਹਾਂ। ਤੇ ਬਹੁਤ ਵਧੀਆ ਤਿਆਰ ਕੀਤਾ ਹੈਗਾ। ਬਾਕੀ ਜਿਹੜਾ ਇਹਨਾਂ ਦਾ ਕੰਟੈਕਟ ਨੰਬਰ ਹੈ ਜੀ, ਉਹ ਵੀ ਤੁਹਾਨੂੰ ਆਪਾਂ ਦੇ ਦੇਵਾਂਗੇ। ਇਹ ਇਹਨਾਂ ਦੇ ਕੰਟੈਕਟ ਨੰਬਰ ਹੈ ਜੀ, ਤੁਸੀਂ ਦੇਖ ਸਕਦੇ ਹੋ। ਇਹ ਸਹੀ ਜੀ, ਇਹ ਨੰਬਰਾਂ 'ਤੇ ਤੁਸੀਂ ਇਹਨਾਂ ਨੂੰ ਫੋਨ ਕਰਕੇ ਇਹਨਾਂ ਟਾਇਰਾਂ ਦੀ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ। ਅਤੇ ਵੀ ਜਿਹੜਾ ਇਹਨਾਂ ਦਾ ਰੇਟ ਹੈ, ਤੁਹਾਨੂੰ ਇਹ ਫੋਨ 'ਤੇ ਸਾਰੀ ਜਾਣਕਾਰੀ ਦੇ ਦੇਣਗੇ, ਘਰ ਆ ਕੇ ਵੀ ਲਾ ਜਾਣਗੇ। ਠੀਕ ਹੈ ਜੀ, ਜੇ ਤੁਸੀਂ ਇੱਥੇ ਆ ਕੇ ਲਵਾਉਣਾ ਚਾਹੁੰਦੇ ਹੋ, ਇੱਥੇ ਵੀ ਲਾ ਦੇਣਗੇ। ਇਹ ਜਿਹੜੇ ਟਰੈਕਟਰ 'ਤੇ ਲਾਉਣਾ ਚਾਹੁੰਦੇ ਹੋ, ਕੋਈ ਮਰਜ਼ੀ ਹੋਵੇ, ਚਾਹੇ ਟਰੈਕਟਰ 4-wheel ਹੋਵੇ, 2-wheel ਹੋਵੇ, ਛੋਟਾ ਹੋਵੇ, ਵੱਡਾ ਹੋਵੇ। ਇਹ ਕਹਿੰਦੇ ਵੀ ਅਸੀਂ ਸਾਰੇ ਟਰੈਕਟਰਾਂ ਦੇ ਲਾ ਕੇ ਦੇਵਾਂਗੇ ਟਾਇਰ। ਤੇ ਭਾਜੀ ਕੋਈ ਗਰੰਟੀ ਵਰੰਟੀ ਦਿੰਦੇ ਹੋ ਜੀ ਇਹਨਾਂ ਚੀਜ਼ਾਂ ਦੀ? ਕੋਈ ਮੰਨ ਲਓ ਕੋਈ ਕਿਸਾਨ ਭਰਾ ਨੂੰ ਗਰੰਟੀ ਉਸ ਹਿਸਾਬ ਨਾਲ ਹੈਗੀ ਆ ਭਾਜੀ? ਠੀਕ ਹੈ ਜੀ, ਉਸ ਹਿਸਾਬ ਨਾਲ ਕਿਸਾਨ ਵੀ, ਬਾਕੀ ਇਹ ਫਸਲ ਮਿਹਦਾ ਨਹੀਂ ਹੈਗਾ। ਹਾਂ, ਤੇ ਇਹਦਾ ਸਿਸਟਮ ਇੱਕ ਹੋਰ ਆ ਭਾਜੀ, ਵੀ ਜਿਵੇਂ ਤੁਸੀਂ ਜਿਸ ਹਿਸਾਬ ਨਾਲ ਤੁਸੀਂ ਇਹਦੀ ਵਿਡਥ ਚਾਹੋ, ਹਾਂਜੀ, ਉਸ ਹਿਸਾਬ ਨਾਲ ਅਸੀਂ ਕਰਕੇ ਦੇ ਸਕਦੇ ਹਾਂ ਜਿੰਨੀ ਆਪਾਂ ਚਾਹੀਏ। ਹਾਂ ਵੀ ਤੁਸੀਂ ਭੀੜਾ ਚੌੜਾ ਕਰਾ ਜਿੰਨਾ ਮਰਜ਼ੀ ਕਰਾ ਸਕਦੇ। ਹਾਂਜੀ, ਵੀ ਤੁਸੀਂ ਇਹਨੂੰ ਇਸ ਸਾਈਡ ਦਾ ਭੀੜਾ ਚੌੜਾ ਕਰਵਾ ਸਕਦੇ ਹੋ ਜੀ, ਆਪਦੇ ਹਿਸਾਬ ਨਾਲ ਜਿੰਨੀ ਤੁਹਾਨੂੰ ਜ਼ਰੂਰਤ ਹੈ ਉਸ ਹਿਸਾਬ ਨਾਲ ਤੁਸੀਂ ਇਹਨੂੰ ਕਰਵਾ ਸਕਦੇ ਹੋ। ਅਤੇ ਬਾਕੀ ਇਹ ਤੁਸੀਂ ਹੱਬ ਦੇਖੋ ਜੀ, ਇਹਨਾਂ ਨੇ ਬੜੀ ਮਜ਼ਬੂਤ ਇੱਥੇ ਹੱਬ ਲਾਈ ਹੈ। ਠੀਕ ਹੈ ਜੀ, ਵੀ ਕੋਈ ਦਿੱਕਤ ਨਾ ਆਵੇ। ਇੱਧਰ ਵੀ ਦੇਖ ਸਕਦੇ ਹੋ ਤੁਸੀਂ, ਇਹ ਵੀ ਦੇਖ ਸਕਦੇ ਹੋ। ਅਤੇ ਇਹ ਜੌਂ ਡੀਅਰ 53 ਟਰੈਕਟਰ, ਪੂਰੀਆਂ ਹੈਵੀ ਹੱਬਾਂ ਲਾਈਆਂ ਜੀ। ਜਿਹੜੇ ਟਾਇਰ ਹੈ ਜੀ, ਇਹ ਬਾਹਰੋਂ ਆਉਂਦੇ ਆ ਜੀ? ਇੰਪੋਰਟਡ ਟਾਇਰ ਹੈ ਜੀ, ਇਹ ਇੰਪੋਰਟ ਕਰਦੇ ਆ ਜੀ, ਇੰਪੋਰਟਡ ਟਾਇਰ, ਇੰਪੋਰਟਡ ਟਾਇਰ ਹੈ। ਠੀਕ ਹੈ ਜੀ, ਤੇ ਬਾਕੀ ਇਹਨਾਂ ਟਾਇਰਾਂ ਦੀ ਬਹੁਤ ਲੋਕਾਂ ਨੂੰ ਭਾਲ ਸੀਗੀ, ਮੈਨੂੰ ਪਹਿਲਾਂ ਮੈਂ ਵੀਡੀਓ ਪਾਈ ਸੀ ਉਦੋਂ ਵੀ ਮੈਸੇਜ ਆਏ ਸੀਗੇ ਜੀ। ਤੇ ਜਿਹੜੀ ਭਾਲ ਹੈ ਜੀ, ਉਹ ਇੱਥੇ ਆ ਕੇ ਖਤਮ ਹੁੰਦੀ ਆ ਅੱਜ। ਤੁਸੀਂ ਇਹਨਾਂ ਨਾਲ ਕੰਟੈਕਟ ਕਰਕੇ, ਨੰਬਰ ਇਹਨਾਂ ਦੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਨੰਬਰ ਹੈਗੇ ਆ, ਉੱਥੇ ਵੀ ਤੁਸੀਂ ਜਾ ਕੇ ਇਹਨਾਂ ਤੋਂ ਜਿਹੜੇ ਨੰਬਰ ਆ ਉਹਨਾਂ 'ਤੇ ਕਾਲ ਕਰਕੇ ਇਹਨਾਂ ਨੂੰ ਪੁੱਛ ਸਕਦੇ ਹੋ। ਅਤੇ ਬਾਕੀ ਜੋ ਇਹਨਾਂ ਦੇ ਨੰਬਰ ਹੈ, ਤੁਹਾਨੂੰ ਆਪਾਂ ਇੱਕ ਵਾਰੀ ਫਿਰ ਦਿਖਾ ਦਿਆਂਗੇ। ਅਤੇ ਟਾਇਰ ਹੈ, ਤੁਸੀਂ ਇੱਕ ਵਾਰੀ ਫਿਰ ਦੇਖ ਸਕਦੇ ਹੋ ਜੀ, ਬਹੁਤ ਵਧੀਆ ਸ਼ਾਨਦਾਰ ਕੰਮ ਕੀਤਾ ਜੀ, ਇਹ ਵੀ ਤੁਸੀਂ ਦੇਖ ਸਕਦੇ ਹੋ। ਅਤੇ ਇਹ ਬਹੁਤ ਖੇਤੀ ਦੇ ਵਿੱਚ ਕਾਰਗਰ ਚੀਜ਼ ਹੈ ਜੀ, ਇੱਕ ਜੇ ਆਪਾਂ ਆਖੀਏ ਵੀ ਫਸਲ ਨਹੀਂ ਮਿਧਦੇ, ਨੁਕਸਾਨ ਨਹੀਂ ਕਰਦੇ, ਬੱਚਤ ਰਹਿੰਦੀ ਹੈ ਹਰ ਇੱਕ ਚੀਜ਼ ਦੀ ਜੀ, ਅਤੇ ਨੁਕਸਾਨ ਨਹੀਂ ਹੁੰਦਾ ਗਾ ਆਪਣਾ। ਅਤੇ ਸਪਰੇ ਨੂੰ ਕੰਮ, ਰੇਹ ਖਲਿਆਰ ਨੂੰ, ਹੋਰ ਬਹੁਤ ਸਾਰੇ ਕੰਮ ਹੈ। ਅਤੇ ਇਹ ਇਹਨਾਂ ਦਾ ਨੰਬਰ ਹੈ ਜੀ, ਇਹ ਦੇਖ ਸਕਦੇ ਹੋ, ਇਹਨਾਂ ਨੰਬਰਾਂ 'ਤੇ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ, ਅਤੇ ਤੁਹਾਨੂੰ ਸਾਰੀ ਜਾਣਕਾਰੀ ਇੱਥੋਂ ਮਿਲ ਜੂਗੀ। ਠੀਕ ਹੈ ਦੋਸਤੋ, ਤੁਹਾਨੂੰ ਵੀਡੀਓ ਕਿਵੇਂ ਲੱਗੀ ਜੀ, ਸਾਨੂੰ ਜ਼ਰੂਰ ਦੱਸਿਓ। ਅਤੇ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਆਪਣੇ ਚੈਨਲ ਨੂੰ ਫੋਲੋ ਕਰਿਓ ਜੀ।